ਸਤਿ ਸ਼੍ਰੀ ਅਕਾਲ ਪੰਜਾਬੀਓ, ਰਾਤ ਦਾ ਸਮਾਂ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਜਿਹੜੇ ਭਰਾ ਜਾਗਦੇ ਬੈਠੇ ਹੋ, ਕਿਉਂਕਿ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੇ ਖਾਤਰ ਪੂਰੇ ਪੰਜਾਬ ਦੇ ਵਿੱਚੋਂ ਜਿਹੜਾ ਹੜ੍ਹ ਉਮਰਿਆ ਸੀ ਉਹ 'ਚੋਂ ਜਿਹੜੀ ਸੰਗਤ ਅੱਜ ਇੱਥੇ ਕੌਮੀ ਇਨਸਾਫ ਮੋਰਚੇ ਦੇ ਤੰਬੂ ਦੇ ਵਿੱਚ ਸੁੱਤੇ ਨੇ, ਕੁਛ ਗੁਰੂ ਘਰਾਂ ਦੇ ਵਿੱਚ ਗਏ ਹੋਏ ਨੇ, ਤੇ ਸਾਡੇ ਵਿਚਕਾਰ ਇਸ ਸਮੇਂ ਰਾਤ ਵੇਲੇ ਭੈਣ ਡਾਕਟਰ ਰਿਤੂ ਜੀ ਦਿੱਲੀ ਤੋਂ ਆਏ ਹੋਏ ਨੇ, ਸੈਕੈਟਰਿਸਟ ਨੇ ਜਿਹੜੇ ਮੈਂ ਕਿਸੇ ਸਾਈਕੋ ਡਿਪਾਰਟਮੈਂਟ ਦੇ ਲੈਕਚਰਾਰ ਨੇ, ਤੇ ਭੈਣ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਮੈਂ ਕਿ ਮਹਿਸੂਸ ਕਰਦੇ ਨੇ, ਪਹਿਲਾਂ ਆਪਣੇ ਨਾਲ ਰੇਰੂ ਸਾਹਿਬ ਤੋਂ ਵੀ ਜੁੜੇ ਸੀ। ਭੈਣ ਜੀ ਨੂੰ ਬੇਨਤੀ ਕਰਦੇ ਹਾਂ, ਭੈਣ ਜੀ ਬੰਦੀ ਸਿੰਘਾਂ ਦੇ ਬਾਰੇ ਤੁਸੀਂ ਕੀ ਮੈਂ ਕਿ ਪੰਜਾਬੀਆਂ ਨੂੰ ਸੁਨੇਹਾ ਦੇਣਾ ਚਾਹੋਗੇ? ਮੈਂ ਤਾਂ ਇਹ ਸੁਨੇਹਾ ਦੇਣਾ ਚਾਹਾਂਗੀ ਕਿ ਦੇਖ ਲਓ, ਹੁਣ ਮੈਨੂੰ ਲੱਗਦਾ ਰਾਤ ਦੇ 11:30 ਹੋ ਗਏ ਆ, ਆਹ ਸੰਗਤਾਂ ਆਈਆਂ ਨੇ, ਸਾਰੇ ਆਪਣਾ ਘਰ ਬਾਰ ਛੱਡ ਕੇ ਆਏ ਨੇ। ਕਿਉਂ ਆਏ ਨੇ? ਕੌਮੀ ਇਨਸਾਫ ਲਈ ਨਾ, ਆਪਣੇ ਦਿਲ ਵਿੱਚ ਦਰਦ ਹੈਗਾ, ਤੇ ਜਿਹਨੂੰ ਵੀ ਦਰਦ ਹੈਗਾ ਇਸ ਚੀਜ਼ ਦਾ, ਤੁਸੀਂ ਘਰ ਬੈਠੇ ਹੋ, ਬਟ ਜਿਨ੍ਹਾਂ ਨੇ ਕੌਮ ਦੇ ਲਈ ਲੜਾਈ ਲੜੀ ਸੀ ਔਰ ਜੋ ਕੁਛ ਕਰਕੇ ਗਏ ਨੇ, ਉਹਨਾਂ ਨੂੰ ਉਮਰ ਕੈਦ ਵੀ ਨਾ 14 ਦੀ ਹੁੰਦੀ ਹੈ ਇੰਡੀਅਨ ਕੌਨਸਟੀਟਿਊਸ਼ਨ ਦੇ ਹਿਸਾਬ ਨਾਲ, 14 ਪਲੱਸ 14, ਕਿਸੇ ਨੂੰ 27 ਹੋ ਗਏ, ਕਿਸੇ ਨੂੰ 30 ਹੋ ਗਏ, ਕਿਸੇ ਨੂੰ 28 ਹੋ ਗਏ। ਮੈਨੂੰ ਲੱਗਦਾ ਜਿਹੜਾ ਸਾਡਾ ਮੇਨ ਏਮ ਹੈਗਾ ਨਾ, ਉਹ ਹੁੰਦਾ ਨਾ, ਉਹ ਅਸੀਂ ਭੁੱਲ ਗਏ ਹਾਂ। ਔਰ ਜਿਨ੍ਹਾਂ ਨੂੰ ਵੀ ਇਹ ਪੇਨ ਹੈਗਾ, ਦਰਦ ਹੈਗਾ, ਰੀਲੁੱਕ ਕਰੋ, ਰਿਵਾਈਵ ਕਰੋ ਔਰ ਦੇਖੋ ਅਸੀਂ ਕੀ ਕਰ ਰਹੇ ਹਾਂ। ਔਰ ਅੱਜ ਜਿਨ੍ਹਾਂ ਨੂੰ ਦਰਦ ਹੈਗਾ, ਆਹ ਇੱਕ ਮਿਸਾਲ ਹੈਗੀ, ਦਿਸ ਇਜ਼ ਜਸਟ ਅ ਬਿਗਨਿੰਗ, ਆਹ ਬਿਗਨਿੰਗ ਹੈਗੀ ਹੈ। ਔਰ ਸਾਡਾ ਤਾਂ ਇਤਿਹਾਸ ਇੱਦਾਂ ਦਾ ਰਿਹਾ ਕਿ ਅਸੀਂ ਬਹੁਤ ਕੁਛ ਕਰ ਸਕਦੇ ਹਾਂ। ਔਰ ਜੋ ਯੂਥ ਹੈ ਨਾ, ਮੈਂ ਬਾਰ ਬਾਰ ਇਹ ਕਹਿ ਰਹੀ ਹਾਂ, ਯੂਥ ਵਿੱਚ ਜੋਸ਼ ਹੈਗਾ, ਹੋਸ਼ ਜਿਹੜਾ ਹੈ ਨਾ, ਉਹ ਸਾਡੇ ਵੱਡੇ, ਸਾਡੇ ਲੀਡਰਸ, ਸਾਡੇ ਆਗੂਆਂ ਨੇ ਲਿਆਉਣਾ ਹੈਗਾ। ਉਸ ਹੋਸ਼ ਨੂੰ ਗਾਈਡ ਕਰਨ ਦੀ, ਮਿਸਗਾਈਡ ਕਰਨ ਦੀ ਬਜਾਏ ਗਾਈਡ ਕਰੋ। ਉਹਨਾਂ ਦੇ ਵਿੱਚ ਬਹੁਤ ਵਧੀਆ ਜੋਸ਼ ਹੈਗਾ, ਉਹਨਾਂ ਨੂੰ ਸਾਰਿਆਂ ਨੂੰ ਇੱਥੇ ਲੈ ਕੇ ਆਓ, ਕਿਉਂਕਿ ਸਭ ਤੋਂ ਮਜ਼ਬੂਤ ਲੜਾਈ ਆ ਹੋ ਸਕਦੀ ਹੈ ਆਹ, ਜੋ ਅਸੀਂ ਅੱਜ ਕਰਨ ਇੱਥੇ ਆਏ ਹਾਂ ਔਰ ਜੋ ਬੈਠੇ ਨੇ, ਆਹ ਇਤਿਹਾਸ ਲਿਖਾ ਜਾਊਗਾ। ਵੀ ਆਰ ਰੀਰਾਈਟਿੰਗ ਦਾ ਹਿਸਟਰੀ। ਔਰ ਜਿਨ੍ਹਾਂ ਨੂੰ ਵੀ ਅਹਿਸਾਸ ਹੈਗਾ, ਕੋਈ ਛੋਟੀ ਚੀਜ਼ ਨਹੀਂ ਹੈਗੀ ਆ, ਇੱਕ ਵਾਰੀ ਸੋਚ ਕੇ ਦੇਖੋ, ਕੰਬਲ 'ਚ ਬਹਿ ਕੇ ਅੱਗ ਦੇ ਅੱਗੇ ਹੱਥ ਸੇਕਣਾ ਕਿਹਨੂੰ ਨਹੀਂ ਪਸੰਦ ਆ, ਬਹੁਤ ਅੱਛਾ ਲੱਗਦਾ। ਬਟ ਆਪਣਾ ਇਤਿਹਾਸ ਯਾਦ ਕਰੋ। ਮੈਂ ਬਾਰ ਬਾਰ, ਮੈਂ ਪਿਛਲੀ ਵਾਰੀ ਵੀ ਕਿਹਾ ਸੀਗਾ, ਜੋ ਸਾਡੇ ਗੁਰੂਆਂ ਨੇ ਸਾਡੇ ਲਈ ਕੁਰਬਾਨੀ ਦਿੱਤੀ ਹੈ ਨਾ, ਉਸ ਕੁਰਬਾਨੀ ਕਰਕੇ ਅਸੀਂ ਸਿਰ ਚੱਕ ਕੇ ਚੱਲਦੇ ਹਾਂ ਇੰਨੇ ਮਾਨ ਸਨਮਾਨ ਨਾਲ। ਔਰ ਝੁਕਣ ਨਾ ਦਿਓ, ਔਰ ਜਿਹਨੂੰ ਵੀ ਦਰਦ ਹੈਗਾ, ਇੱਥੇ ਸਾਡੇ ਨਾਲ ਇਸ ਮੋਰਚੇ 'ਤੇ ਆਓ। ਯੂਥ ਜੋ ਵੀ ਤੁਹਾਡੇ ਚੈਨਲ 'ਤੇ ਮਾਧਿਅਮ ਤੋਂ ਦੇਖ ਰਿਹਾ ਹੈਗਾ, ਜੋ ਵੀ ਪੰਜਾਬੀ ਕੌਮ ਹੈਗੀ, ਸਿੱਖ ਕੌਮ ਹੈਗੀ, ਸਾਰੇ ਮਿਲ ਕੇ ਆਓ। ਈਵਨ ਇਰਰਿਸਪੈਕਟਿਵ ਆਫ ਦਾ ਕਾਸਟ ਕ੍ਰੀਡ, ਜਾਤ ਪਾਤ ਧਰਮ ਤੋਂ ਉੱਤੇ ਉੱਠ ਕੇ ਇਨਸਾਫ ਲਈ ਜੋ ਵੀ ਲੜਨਾ ਪਸੰਦ ਕਰਦਾ, ਇਨਸਾਫ ਬਰਾਬਰੀ ਦੀ ਗੱਲ ਜੋ ਕਰਦਾ, ਉਹ ਇਸ ਮੋਰਚੇ 'ਤੇ ਆ ਕੇ ਜ਼ਰੂਰ ਆਪਣੀ ਹਾਜ਼ਰੀ ਲਾਓ, ਮੈਂ ਇਹੀ ਕਹਿਣਾ ਚਾਹਾਂਗੀ। ਬਹੁਤ ਬਹੁਤ ਧੰਨਵਾਦ ਜੀ। ਅਕਾਲ ਯੂਥ ਤੋਂ ਭਰਾ ਸਾਡੇ ਨਾਲ ਜੁੜੇ ਨੇ, ਵੀਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਸਮੂਹ ਪੰਜਾਬੀਆਂ ਨੂੰ ਇਸ ਮੋਰਚੇ ਸੰਬੰਧੀ ਜਾਣਕਾਰੀ ਦੇਣਗੇ। ਬਹੁਤ ਚੜ੍ਹਦੀ ਕਲਾ ਜੀ, ਬਹੁਤ ਜੋਸ਼ ਆ ਸੰਗਤਾਂ ਦੇ ਵਿੱਚ, ਅਜੇ ਵੀ ਸੰਗਤਾਂ ਡਟੀਆਂ ਹੋਈਆਂ ਨੇ, ਅਤੇ ਬੇਨਤੀ ਕਰਦੇ ਹਾਂ ਸਾਰੇ ਭਰਾਵਾਂ ਨੂੰ ਵੀ ਤੁਸੀਂ ਵੀ ਰਜਾਈਆਂ 'ਚੋਂ ਨਿਕਲੋ, ਕੌਮ ਦੇ ਲਈ ਇੱਥੇ ਆਓ, ਮੋਰਚਾ ਜਿਹੜਾ ਚੱਲ ਰਿਹਾ ਇਹ 'ਚ ਯੋਗਦਾਨ ਪਾਓ, ਇੱਕ ਹਿਸਟਰੀ ਲਿਖ ਹੋ ਰਹੀ ਹੈ, ਨਾਲੇ ਸਿੱਖਾਂ ਦਾ ਇੱਕ ਜੁਝਾਰੂ ਇਤਿਹਾਸ ਆ। ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਕੋਈ ਐਵੇਂ ਬਣਿਆ ਜਥੇਦਾਰ ਨਹੀਂ, ਰੁਪਿੰਦਰ ਭਾਅ ਜੀ ਉਹਨਾਂ ਨੇ ਜਿਵੇਂ ਦੱਸਿਆ ਸੀ ਵੀ 10 ਲੱਖ ਬੰਦਾ ਕਿੱਥੇ ਖੋ ਗਿਆ, ਉਹ 10 ਲੱਖ ਬੰਦਾ ਲੱਭ ਨਹੀਂ ਰਿਹਾ ਹੈਗਾ, ਉਹ ਵੀ 10 ਲੱਖ ਬੰਦਾ ਜਿਹੜਾ ਜਿਨ੍ਹਾਂ ਨੇ ਜਥੇਦਾਰ ਦੇ ਲਈ ਹੱਥ ਖੜੇ ਕੀਤੇ, ਉਹ ਵੀਰ ਵੀ ਆਓ, ਜਥੇਦਾਰ ਸਾਹਿਬ ਦਾ ਹੁਕਮ ਆ, ਜਥੇਦਾਰ ਸਾਹਿਬ ਨੇ ਅੰਦਰੋਂ ਹੁਕਮ ਕੀਤਾ ਤਾਂ ਜਾ ਕੇ ਮੋਰਚਾ ਲੱਗਿਆ, ਸਾਂਝਾ ਮੋਰਚਾ ਵਾ। ਹਿੰਦੂ ਵੀਰ ਵੀ ਬਹੁਤ ਵੱਡਾ ਯੋਗਦਾਨ ਪਾ ਰਹੇ ਆ ਜੀ, ਆਰ ਪਾਰ ਦੀ ਲੜਾਈ ਲੜਾਂਗੇ, ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇੱਥੋਂ ਹਿੱਲਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਪੰਜਾਬੀ ਉਹ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਤਾਂ ਕਿ ਜਿਹੜੇ ਲੋਕ ਅੱਜ ਠੰਡ ਦੇ ਵਿੱਚ ਇੱਥੇ ਸੜਕ ਦੇ ਉੱਤੇ ਸੁੱਤੇ ਪਏ ਨੇ, ਸੜਕ ਦੇ ਉੱਤੇ ਟੈਂਟ ਲੱਗਿਆ ਹੋਇਆ, ਤੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਣੀ ਹਾਜ਼ਰੀ ਰਜਾਈਆਂ 'ਚ ਬੈਠੇ ਲਵਾ ਸਕਦੇ ਹੋ ਇਸ ਪੋਸਟ ਨੂੰ ਸਾਂਝਾ ਕਰਕੇ, ਤੇ ਸਵੇਰੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਟਰਾਲੀ ਲੈ ਕੇ ਵੀ ਕੁਛ ਭਰਾ ਆਉਣਗੇ, ਤੇ ਜਿਹੜੇ